ਇਸ ਵਿਅਕਤੀ ਨੂੰ ਰੋੜਦੇ ਹੁੰਦੇ ਨੂੰ ਬਚਾਇਆ ਸੋ ਤੁਸੀਂ ਵੇਖ ਸਕਦੇ ਕਿੰਨੇ ਜਣੇ ਡੁੱਬੇ ਆ ਕਿੰਨੇ ਜਣੇ ਡੁੱਬੇ ਕਿੰਨੇ ਜਣੇ ਇਹ ਦੇਖ ਸਕਦੇ ਇੱਕ ਬੰਦਾ ਇੱਕ ਵਿਅਕਤੀ ਪਾਣੀ ਦੇ ਵਿੱਚ ਰੁੜਿਆ ਆ ਰਿਹਾ ਵਾ ਸੋ ਇੱਥੇ ਬਹੁਤ ਸਾਰੇ ਸੱਜਣ ਔਰ ਯੂਰ ਸੇਵਾ ਚਾਰਟੀ ਦੇ ਵਲੰਟੀਅਰ ਜਿਹੜੇ ਆ ਉਹ ਵੀ ਨਾਲ ਨੇ ਇੱਥੇ ਉਸ ਬੰਦੇ ਨੂੰ ਬਚਾਉਣ ਦੀ ਖਾਤਰ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਬੜੀ ਦੂਰੋਂ ਦੌੜ ਕੇ ਆਏ ਔਰ ਇੱਕ ਵਿਅਕਤੀ ਜਿਹੜਾ ਪਾਣੀ ਦੇ ਵਿੱਚ ਰੁੜਿਆ ਆ ਰਿਹਾ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਰੁੜਿਆ ਆ ਰਿਹਾ ਬੰਦਾ ਇੱਕ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਇੱਕ ਵਿਅਕਤੀ ਜਿਹੜਾ ਰੁੜਿਆ ਆ ਰਿਹਾ ਉਹ ਪੱਗਾਂ ਲਾ ਲਾ ਉਹ ਪੱਗਾਂ ਲਾ ਲਾ ਪੱਗਾਂ ਉਹ ਪੱਗਾਂ ਲਾ ਲਾ ਪੱਗਾਂ ਉਹ ਦੇਖ ਸਕਦੇ ਇੱਕ ਵਿਅਕਤੀ ਇਹ ਆ ਇੱਕ ਵਿਅਕਤੀ ਇਹ ਜਿਹੜਾ ਪਾਣੀ ਦੇ ਵਿੱਚ ਰੁੜ ਕੇ ਆਇਆ ਬੜੀ ਮੁਸ਼ਕਿਲ ਦੇ ਨਾਲ ਬਚਾਇਆ ਗਿਆ ਇੱਕ ਹੋਰ ਵਿਅਕਤੀ ਜਿਹੜਾ ਹੈ ਉਹ ਪਾਣੀ ਨੂੰ ਜੋੜ ਕੇ ਆ ਰਿਹਾ ਪਾਣੀ ਦੇ ਵਿੱਚ ਵਿਅਕਤੀ ਰੁੜਨ ਦੇ ਕਾਰਨ ਉਹਦੀ ਹਾਲਾਤ ਬਹੁਤ ਮਾੜੀ ਹੋਈ ਹੈ ਯੂਰ ਸੇਵਾ ਚਾਰਤੀ ਦੇ ਸਿੰਘ ਵੀ ਇੱਥੇ ਪਹੁੰਚੇ ਆ ਔਰ ਬਹੁਤ ਸਾਰੇ ਨੌਜਵਾਨ ਸਿੱਖ ਜਥੇਬੰਦੀਆਂ ਜਿਹੜੀਆਂ ਅੱਗੇ ਹੋ ਕੇ ਉਹ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਕਿਉਂਕਿ ਪੱਗ ਲਾ ਲਾ ਯਾਰ ਪੱਗ ਲਾ ਲਾ ਉਹ ਪੱਗ ਲਾ ਲਾ ਯਾਰ ਉਹਨੂੰ ਉਹ ਡੋਬਣ ਲੱਗਾ ਉਹਦੇ ਪਹਿਲਾਂ ਬਚਣਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਉਸ ਦੇ ਬਾਵਜੂਦ ਨੌਜਵਾਨਾਂ ਨੇ ਕੁਦਮ ਕਰਕੇ ਇਸ ਵਿਅਕਤੀ ਨੂੰ ਰੁੜਦੇ ਹੁੰਦੇ ਨੂੰ ਬਚਾਇਆ ਸੋ ਤੁਸੀਂ ਵੇਖ ਸਕਦੇ ਕਿੰਨੇ ਜਣੇ ਡੁੱਬੇ ਆ ਕਿੰਨੇ ਜਣੇ ਡੁੱਬੇ ਕਿੰਨੇ ਜਣੇ ਤਿੰਨ ਜਣੇ ਦੋ ਡੁੱਬ ਗਏ ਜਦੋਂ ਆਪਣੇ ਘਰ ਤੋਂ ਨਿਕਲਿਆ ਤੇ ਉਹ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਟਿਊਬਲਾ ਕਹਿ ਰਹੇ ਸੀ ਟਿਊਬਲਾ ਤੋਂ ਸੁੱਟ ਗਈ ਉਸ ਤੋਂ ਬਾਅਦ ਤਿੰਨ ਜਾਣੇ ਸੀ ਟਿਊਬ ਨੂੰ ਤੇਲ ਲੈ ਕੇ ਆ ਰਹੇ ਸੀ ਤੇਲ ਲੈ ਕੇ ਆ ਰਹੇ ਸੀ ਨਾ ਤੇਲ ਲੈ ਕੇ ਆ ਰਹੇ ਸੀ ਉਹ ਅੱਛਾ ਤੇਲ ਲੈਣ ਗਏ ਹੁਣ ਕਿਧਰੇ ਉੱਥੇ ਮੋਟਰਸਾਈਕਲ ਡਿੱਗਿਆ ਚਾਰ ਜਣੇ ਸੀਗੇ ਅੱਛਾ ਤੇ ਦੋ ਵਿੱਚ ਰਹਿ ਗਏ ਦੋ ਬਚਾ ਲਏ ਅਸੀਂ ਇਹ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਜਾਫਰਪੁਰ ਹੈ ਜੀ ਇਹ ਪਿੰਡ ਕਿਹੜਾ ਆ ਇਹ ਸਸਾ ਗੁੱਜਰਾ ਜੀ